लुडन मंडी डॉट पी के चैनल वेखन तो मां मोजिस दोस्तों साड़ी तरफों अस्सलाम वालेकुम। दोस्तों मंडी की ताज़ा तरीन सूरत हाल तो आगाह रखने वास्ते असं इस वक्त मौजूद हाँ लुडन मंडी के उस हिस्से जिस जोटियां कटियां की बहुत बड़ी तादाद मौजूद है। अज साढ़े दोस्त छोटी कटियां लैके आए हैं, इन्होंने मजीद तफसील जानने वास्ते असं उन्होंने को चलें कि की रेट इन्होंने मांग रहे हैं, इन्होंने नसल के वजन के बारे भी उन्होंने को तफसील मजीद पूछ लें। असलामीकुम भाई। भाई वालेकुम सलाम। भाई क्या नाम तुहाडा? मोहम्मद इकराम। इकराम भाई तुसी ए कटियां का प्रॉपर बिजनेस करते हो, मतलब खरीदो फरोख का काम करते हो? हाँ जी। अच्छा ठीक हो गया, मतलब तुहाडे कोल ए कटियां फरोख्त हो जांदियां ने ते इहदियां मुतबादल भी तुहाडे कोल आ जांदियां ने, मतलब तुसी होर भी लै लैंदे हो? हाँ जी होर भी लै लैंदे जी। यानी कि तुहाडे कोल बहुत तो इलावा भी ए कटियां मौजूद होंदियां ने, किसे दोस्त नूं बहुत तो इलावा हफ्ते एतवार नूं भी चाहीदी होवे ते तुसी उहनां नूं 15 10 या 20 नग दे सकदे हो? बिल्कुल दे सकदे। जबरदस्त हो गया। अच्छा तुहाडा मोबाइल नंबर की है? साडे दोस्तां नाल जरा अपना मोबाइल नंबर तुसी शेयर कर दिओ, की नंबर है तुहाडा? 0307 5533 090 है। 090 तुहाडी स्क्रीन ते मोबाइल नंबर आ गया। अच्छा मजीद तुसी ए दसो, जिहड़ी ए नग खड़ोता साडे सामने छोटी उम्र अच्छा ठीक हो गया। रेट किन्ना मांग रहे हो इस कट्टी? 55,000 रुपए मांग रहे हैं। 55,000 डिमांड कर रहे हो ते साडे उहनां दोस्तां नूं जिहड़े कि तुहाडे मोबाइल नंबर ते राबता करन उहनां नूं यकीनन रियायत वाला रेट चाहिए है, ₹95,000 महंगाई अगर कोई बंदा रोना रोवे तो वह गलत बयानी करने वाली गल होनी है। 30,000 दे विच अगर आज दी कटियां कल नूं मज्जां बननियां ने ते इन्हां दी अगर ख्याल खुराक दा रखा जावे ते मेरा ख्याल है कि मुनाफा बख्श कारोबार हर बंदे नूं करना चाहिए। बिल्कुल करना चाहिए। तुहाडा मोबाइल नंबर साडे कोल आ गई, यकीनन आने वाले दिनों में अगर साडे दोस्त तुहाडे नाल राबता करन ते उन्हां दी भरपूर रहनुमाई करनी है। अच्छा अगे चले जाइए, यकीनन वो सामने जिहड़े नग खड़ोते ने ਉਹ ਵੀ ਸੇਲ ਹੋ ਗਏ ਨੇ ਜਾਂ ਉਹ ਖੜੇ ਨੇ ਹਾਲੇ? ਉਹ ਸੇਲ ਕਰਨੇ ਨੇ। ਹਾਂਜੀ ਉਹ ਸੇਲ ਕਰਨੇ। ਕਿ ਉਹਨਾਂ ਦੇ ਰੇਟਾਂ ਦਾ ਫਰਕ ਹੈ ਤਾਂ ਸਾਨੂੰ ਉਹ ਵੀ ਰੇਟ ਚੈੱਕ ਕਰਵਾ ਦਿਓ। ਅੱਛਾ ਜਿਸ ਤਰ੍ਹਾਂ ਕਿ ਇਹ ਮੇਰਾ ਖਿਆਲ ਹੈ ਕਿ ਸਾਰੀਆਂ ਦਾ ਬਰਾਬਰ ਵਜ਼ਨ ਲੱਗ ਰਿਹਾ ਹੈ, ਉਮਰ ਵੀ ਬਰਾਬਰ ਲੱਗ ਰਹੀ ਹੈ। ਬਿਲਕੁਲ। ਤੇ ਇਹਨਾਂ ਨਾਲ ਤੁਸੀਂ ਕਿੰਨੀ ਡਿਮਾਂਡ ਕਰ ਰਹੇ ਹੋ? ਇਹਨਾਂ ਦਾ 75,000 75,000 ਤੁਸੀਂ ਨਗ ਦਾ ਇਹਦੀ ਡਿਮਾਂਡ ਕੀਤੀ ਹੈ। ਹਾਂਜੀ। ਤੇ ਮੇਰਾ ਖਿਆਲ ਹੈ ਕਿ ਤੁਸੀਂ ਹੋਰ ਤੁਹਾਡੇ ਡਿਸਕਾਊਂਟ ਕਰ ਦਿਓ। ਹਾਂਜੀ ਵਿੱਚ ਕਿੰਨੀ ਕਰੋਗੇ? 5-7 ਹਜ਼ਾਰ 10,000 ਕਰ ਦਿਆਂਗੇ। 10,000 ਜ਼ਬਰਦਸਤ ਹੋ ਗਿਆ। ਮੇਰਾ ਖਿਆਲ ਹੈ ਕਿ 65,000 ਦੇ ਵਿੱਚ ਬਸ ਚੰਦ ਮਹੀਨਾ ਦਾ ਹੀ ਫਾਸਲਾ ਹੈ ਕਿ ਇਹ ਮੱਝਾਂ ਬਣਾਉਣ ਨੂੰ ਚੋਟੀਆਂ ਹੋ ਗਈਆਂ ਨੇ, ਯਾਨੀ ਕਿ ਇਹਨਾਂ ਨੂੰ ਅੱਗੇ ਇਹਨਾਂ ਦਾ ਸਟੈਪ ਆ ਜਾਣਾ ਹੈ ਗੱਬਨ ਹੋਣ ਵਾਲਾ। ਹਾਂਜੀ। ਤੇ ਉਹਨਾਂ ਨੂੰ ਯਕੀਨਨ ਤੁਸੀਂ ਇਹ ਤਾਂ ਬੜਾ ਮੁਨਾਫਾ ਬਖਸ਼ ਕਰੋ। ਅੱਛਾ ਤੁਸੀਂ ਇੱਥੋਂ ਦੇ ਰਹਿਸ਼ੀ ਹੋ? ਕਿਹੜੇ ਇਲਾਕੇ ਦੇ ਰਹਿਸ਼ੀ? ਇਸ ਇਲਾਕੇ ਦੇ ਰਹਿਸ਼ੀ ਹਾਂ, ਲੁੱਡਨ ਦੇ ਰਹਿਸ਼ੀ ਹੋ? ਇਸ ਲੁੱਡਨ ਦਾ ਯਕੀਨਨ ਤੁਸੀਂ ਐਡਰੈਸ ਦੱਸੋ ਤੁਸੀਂ ਇਹਨਾਂ ਦਾ? ਨਾਲ ਟੋਟ ਹਾਕਮ, ਮੋਜ਼ਾ ਟੋਟ ਹਾਕਮ ਦੇ ਤੁਸੀਂ ਰਹਿਸ਼ੀ ਹੋ? ਨਾਲ 6 ਕਿਲੋਮੀਟਰ ਹੈ ਜੀ ਜੀ। ਅੱਡਾ ਬੋਟ ਗੁਲਾਮ, ਅੱਡਾ ਬੋਟ ਗੁਲਾਮ। ਯਕੀਨਨ ਜਿਸ ਤਰ੍ਹਾਂ ਕਿ ਬਾਈ ਦਾ ਤੁਹਾਨੂੰ ਐਡਰੈਸ ਦਾ ਵੀ ਪਤਾ ਚੱਲ ਚੁੱਕਾ ਹੈ ਤੇ ਅਗਰ ਤੁਸੀਂ ਬੁੱਧ ਵਾਲੇ ਦਿਨ ਆਓ ਤੇ ਤੁਸੀਂ ਯਕੀਨਨ ਆ ਕੇ ਬਿਨਾਂ ਭਾਈਆਂ ਕੋਲ ਬੁੱਧ ਮੰਡੀ ਦੇ ਵਿੱਚ ਖਰੀਦਦਾਰੀ ਕਰ ਸਕਦੇ ਹੋ ਤੇ ਮੋਬਾਈਲ ਨੰਬਰ ਤੇ ਰਾਬਤਾ ਕਰਕੇ ਇਹਨਾਂ ਦਾ ਜਿੱਥੇ ਉਹ ਫਾਰਮ ਹੈ ਜਾਂ ਇਹਨਾਂ ਦਾ ਜਿੱਥੇ ਕਿ ਇਹ ਮੱਝਾਂ ਰੱਖਦੇ ਨੇ ਕਟੀਆਂ ਵਗੈਰਾ ਤੁਹਾਡਾ ਡੇਰਾ ਹੈ ਤੇ ਉੱਥੇ ਡੇਰੇ ਦੇ ਵਿੱਚ ਜਾ ਕੇ ਤੇ ਤੁਸੀਂ ਇਹਨਾਂ ਕੋਲ ਮਜ਼ੀਦ ਮੁਆਇਸ਼ੇ ਦੀ ਖਰੀਦਦਾਰੀ ਕਰ ਸਕਦੇ ਹੋ। ਕਟੀਆਂ ਤੇ ਜੋੜੀਆਂ ਦੇ ਮਜ਼ੀਦ ਅਪਡੇਟ ਤੋਂ ਤੁਹਾਨੂੰ ਅਗਾਹ ਰੱਖਣ ਵਾਸਤੇ ਅਸੀਂ ਇੱਕ ਹੋਰ ਬਾਈ ਦੇ ਕੋਲ ਮੌਜੂਦ ਹਾਂ ਇਸ ਵਕਤ। ਉਹਨਾਂ ਦੇ ਕੋਲ ਵੀ ਮਾਸ਼ਾਅੱਲਾ ਕਟੀਆਂ ਦੀ ਬਹੁਤ ਬੜੀ ਤਾਦਾਦ ਮੌਜੂਦ ਹੈ ਤੇ ਉਹਨਾਂ ਦੇ ਰੇਟ ਤੇ ਨਸਲਾਂ ਦੇ ਬਾਰੇ ਮਜ਼ੀਦ ਤਫਸੀਲਨ ਜਾਣਨ ਵਾਸਤੇ ਨਾ ਅਸੀਂ ਉਹਨਾਂ ਦੇ ਕੋਲ ਚੱਲੇ ਆ। ਅਸਲਾਮੁਅਲੈਕੁਮ ਭਾਈ। ਵਾਲੇਕੁਮ ਸਲਾਮ। ਭਾਈ ਕੀ ਨਾਮ ਤੁਹਾਡਾ? ਖੈਰ ਮੁਹੰਮਦ। ਖੈਰ ਮੁਹੰਮਦ ਭਾਈ ਤੁਸੀਂ ਇਹ ਕਟੀਆਂ ਤੇ ਜਿਹੜੀ ਚੋਟੀਆਂ ਨੇ ਇਹਨਾਂ ਦਾ ਪ੍ਰੋਪਰ ਬਿਜ਼ਨਸ ਕਰਦੇ ਹੋ, ਮਤਲਬ ਅਗਰ ਤੁਹਾਡੇ ਕੋਲ ਇਹ ਵਾਲੀਆਂ ਫਰੋਖਤ ਹੋ ਜਾਂਦੀਆਂ ਨੇ ਤੇ ਇਹਦੀ ਮੁਤਬਾਦਲ ਵੀ ਤੁਹਾਡੇ ਕੋਲ ਆ ਜਾਂਦੀਆਂ ਨੇ? ਇਨਸ਼ਾਅੱਲਾ ਬਿਲਕੁਲ ਮਿਲ ਜਾਣੀ ਦੇ। ਯਕੀਨਨ ਤੁਹਾਡੇ ਕੋਲ ਅਗਰ ਮਤਲਬ ਤੁਹਾਨੂੰ ਬਹੁਤ ਇਲਾਵਾ ਵੀ ਚਾਹੀਦੀਆਂ ਹੋਵੇ ਤੇ ਤੁਸੀਂ ਬਹੁਤ ਇਲਾਵਾ ਹਫਤੇ ਐਤਵਾਰ ਸਵਾਰ ਨੂੰ ਵੀ ਉਹਨਾਂ ਭਰਾਵਾਂ ਨੂੰ ਦੇ ਸਕਦੇ ਹੋ ਜਿਹੜੇ ਕਿ ਤੁਹਾਡੀ ਵੀਡੀਓ ਵੇਖ ਰਹੇ ਨੇ। ਬਿਲਕੁਲ ਕਲੀਅਰ ਮਿਲ ਸਕਦਾ ਮਾਲ, 50 ਡੰਗਰ ਚਾਹੀਦਾ, 40 ਚਾਹੀਦਾ, ਮਿਲ ਜਾਂਦਾ। ਜ਼ਬਰਦਸਤ ਹੋ ਗਿਆ। ਅੱਛਾ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਸਾਹਮਣੇ ਇਹ ਵਾਲੀ ਝੋਟੀ ਖੜੀ ਏ ਤੇ ਇਹ ਕਿੰਨੀ ਕੁ ਉਮਰ ਦੀ, ਇਹਦਾ ਵਜ਼ਨ ਕਿੰਨਾ ਹੈ ਜਾਂ ਕਹਿੰਦਾ ਤੁਸੀਂ ਅੱਗੇ ਆ ਕੇ ਜ਼ਰਾ ਸਾਨੂੰ ਇਹਦੇ ਬਾਰੇ ਅੱਗੇ ਕਰੀਬ ਆ ਕੇ? 15-16 ਮਹੀਨਿਆਂ ਦੀ ਹੈ। ਅੱਛਾ 15 ਤੋਂ 16 ਮਹੀਨਿਆਂ ਦੀ ਏ ਤੇ ਇਹ ਇਹਦੀ ਕਿੰਨਾ ਕੁ ਵਜ਼ਨ ਹੋ ਚੁੱਕਾ ਹੈ? 3 ਮਹੀਨੇ 3 ਮਹੀਨੇ ਤੋਂ ਬੱਬ ਵਾਲੀ ਏ।
तीन मन जिंदा की गल कर रहे हो? नहीं नहीं जिंदा दी नहीं अपने दूसरा गोश्त का वजन तुसी तीन मन दस रहे हो। अच्छा ते ये यकीनन बराबर ही पुठे लग रहे हैं सारे कि इन्हां दे विच घट वध नहीं बराबर 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 यानी कि पुठे दा हिसाब है तुहाडे कोल बराबर वजन वाले यानी कि थोड़ा बहुत फर्क है 10-15 किलो दा ते ज्यादा फर्क सानू भी नजर नहीं आ रही आ। ਤੇ ਅੱਛਾ ਤੁਸੀਂ ਇਹਨਾਂ ਦਾ ਰੇਟ ਕਿੰਨੀ ਡਿਮਾਂਡ ਕਰ ਰਹੇ ਹੋ ਮੰਡੀ ਦੇ ਵਿੱਚ ਖੜੇ ਹੋ ਕੇ? ਫਿਕਸ 70,000 ਰੁਪਏ ਫਿਕਸ ਯਾਨੀ ਕਿ ਪੁੱਠਾ ਦਾ ਰੇਟ ਤੁਸੀਂ ਦੱਸਦਾ ਬਰਾਬਰ ਵਾਲੇ 1 ਲੱਖ ਰੁਪਏ ਵਾਲੀ 10 ਵਾਲੀ ਵੀ 80 ਵਾਲੀ 70 ਵਾਲੀ ਵਿੱਚ ਬਰਾਬਰ ਪਾ ਦੇ ਯਾਨੀ ਕਿ ਬਰਾਬਰ ਤੁਸੀਂ ਇਹਦੇ ਵਿੱਚ ਨਾਗ ਵਾਲੇ ਰੇਟ ਲਾ ਦਿੱਤਾ ਪੁੱਠੇ ਵਾਲੇ ਹਿਸਾਬ। ਅੱਛਾ ਤੇ ਤੁਸੀਂ ਇਹ ਦੱਸੋ ਤੁਹਾਡਾ ਮੋਬਾਈਲ ਨੰਬਰ ਕੀ ਹੈ? ਸਾਡੇ ਦੋਸਤ ਅਗਰ ਤੁਹਾਡੇ ਮੋਬਾਈਲ ਤੇ ਰਾਬਤਾ ਕਰਨਾ ਚਾਹਵੇ ਤਾਂ ਤੁਸੀਂ ਉਹ ਜਿਹੜਾ ਤੁਸੀਂ ਆਨ ਹੁੰਦਾ 24 ਘੰਟੇ ਉਹ ਨੰਬਰ ਦੱਸ ਦਿਓ 0341 74 2669 669 ਤੁਹਾਡੀ ਸਕਰੀਨ ਤੇ ਮੋਬਾਈਲ ਨੰਬਰ ਵੀ ਬਾਈ ਦਾ ਆ ਚੁੱਕਾ। ਤੁਸੀਂ ਇਸ ਨੰਬਰ ਤੇ ਰਾਬਤਾ ਕਰਕੇ ਇਹਨਾਂ ਕੋਲ ਇਸ ਤਰ੍ਹਾਂ ਦੀ ਜੋੜੀਆਂ ਖੂਬਸੂਰਤ ਜੋੜੀਆਂ ਨੀਲੀ ਦੀਆਂ ਖਰੀਦਦਾਰੀ ਕਰ ਸਕਦੇ ਹੋ। ਅੱਛਾ ਯਕੀਨਨ ਤੁਸੀਂ ਇਹ ਮਤਲਬ ਲੁੱਡਨ ਦੇ ਰਹੇ ਸੀ ਹੋ ਜਾਂ ਲੁੱਡਨ ਤੋਂ? ਆਪਣੇ ਨੀਲੇ ਦੇ ਇਲਾਕੇ ਦੇ ਜ਼ਿਲ੍ਹਾ ਵਿਆੜੀ ਤੋਂ ਰਹੇ ਸੀ। ਮਤਲਬ ਤੁਹਾਡੀ ਕਿਹੜੇ ਇਲਾਕੇ ਦੇ ਰਹੇ ਸੀ? ਲੁੱਡਨ ਦੀ? ਹਾਂ ਲੁੱਡਨ ਲੁੱਡਨ ਤੋਂ ਬਾਹਰ ਬਾਅਦ 55 ਕੇਬੀ ਹੈ। 55 ਕੇਬੀ ਚੱਕ ਦਾ ਨਾਮ ਹੈ ਮਤਲਬ ਕਿਹੜੇ ਰੋਡ ਤੇ ਯਾਨੀ ਕਿ ਸਾਨੂੰ ਤਾਂ ਐਡਰੈਸ ਤਫਸੀਲਾਂ ਦੱਸ ਦਿਓ। ਲੁੱਡਨ ਤੋਂ ਬਾਹਰ ਨਿਕਲੇ ਕੱਚੀ ਪੱਕੀ ਰੋਡ ਤੇ 7 ਕਿਲੋਮੀਟਰ ਤੋਂ ਬਾਅਦ ਨਾਲ ਫੈਟ 7 ਕਿਲੋਮੀਟਰ ਦੇ ਫਾਸਲੇ ਤੇ 55 ਕੇਬੀ ਚੱਕ ਦਾ ਨਾਮ ਹੈ। ਤੁਸੀਂ ਆ ਕੇ ਬਾਈ ਦੇ ਮੋਬਾਈਲ ਨੰਬਰ ਤੇ ਰਾਬਤਾ ਕਰਕੇ ਉੱਥੋਂ ਜਾ ਕੇ ਇਹਨਾਂ ਕੋਲ ਖਰੀਦਦਾਰੀ ਕਰ ਸਕਦੇ ਹੋ। ਠੀਕ ਹੋ ਗਿਆ ਜਲਾਫਿਜ਼।